ਵੀਡੀਓ 'ਚ ਗੱਲ ਕਰਾਂਗੇ ਕਿ ਟਰੱਕ ਦਾ ਲਾਇਸੈਂਸ ਕਿੱਦਾਂ ਲਿੱਤਾ ਜਾਂਦਾ ਕੈਨੇਡਾ ਦੇ ਵਿੱਚ। ਤੁਹਾਡੀ ਉਮਰ 21 ਸਾਲ ਦੀ ਹੋਣੀ ਚਾਹੀਦੀ ਆ ਜੇ ਤੁਸੀਂ ਟਰੱਕ ਦੇ ਲਾਇਸੈਂਸ ਲਈ ਅਪਲਾਈ ਕਰਨਾ। ਸਭ ਤੋਂ ਪਹਿਲਾਂ ਆਪਾਂ ਨੂੰ ਕਾਰ ਦੇ ਲਾਇਸੈਂਸ ਕਲੀਅਰ ਕਰਨੇ ਪੈਂਦੇ ਆ, ਜਿਹਦੇ 3 ਸਟੈਪਸ ਹੁੰਦੇ ਆ G1, G2 ਤੇ G। G1 ਹੁੰਦਾ ਨੌਲੇਜ ਟੈਸਟ, ਜਿਹਦੇ 40 ਕੁਐਸਚਨ ਹੁੰਦੇ ਆ, MCQ ਹੁੰਦੇ, ਤੇ ਉਹਨਾਂ ਵਿੱਚੋਂ 20 ਸਾਇੰਸ ਹੁੰਦੇ ਆ ਤੇ 20 ਰੂਲ ਹੁੰਦੇ ਆ। ਉਹਨਾਂ 'ਚੋਂ ਆਪਾਂ 16 ਕਲੀਅਰ ਕਰਨੇ ਹੁੰਦੇ ਆ ਦੋਨਾਂ 'ਚੋਂ। ਜਦ ਆਪਾਂ ਕਲੀਅਰ ਕਰ ਲੈਂਦੇ ਹਾਂ ਆਪਾਂ G2 ਲਈ ਅਪਲਾਈ ਕਰ ਸਕਦੇ ਹਾਂ। ਬਟ ਜੇ ਤੁਹਾਡੇ ਕੋਲ ਇੰਡੀਅਨ ਲਾਇਸੈਂਸ ਹੈ, 1 ਸਾਲ ਦਾ ਐਕਸਪੀਰੀਅੰਸ, ਤੁਸੀਂ G2 ਦੇ ਲਈ ਨਾਲ ਦੀ ਨਾਲ ਹੀ ਅਪਲਾਈ ਕਰ ਸਕਦੇ ਹੋ। ਬਟ ਜੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ, ਤੁਹਾਨੂੰ G2 ਦੇਣ ਦੀ ਜ਼ਰੂਰਤ ਨਹੀਂ, ਤੁਸੀਂ ਸਿੱਧਾ G ਦੇ ਸਕਦੇ ਹੋ। ਬਟ ਜੇ ਤੁਸੀਂ G 'ਚੋਂ ਫੇਲ ਹੋ ਜਾਂਦੇ ਹੋ, ਫਿਰ ਤੁਹਾਨੂੰ ਸਟਾਰਟਿੰਗ ਤੋਂ G2 ਅਤੇ G ਦੇਣਾ ਪਵੇਗਾ। ਇਹ ਤਾਂ ਗੱਲ ਸੀ ਹੁਣ ਜਦੋਂ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ। ਬਟ ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈ, ਤੁਹਾਨੂੰ 1 ਸਾਲ ਦੀ ਵੇਟ ਕਰਨੀ ਪਵੇਗੀ G2 ਦੇ ਲਈ। ਬਟ ਜੇ ਤੁਸੀਂ ਇੱਥੇ ਕਿਸੇ ਇੰਸਟ੍ਰਕਟਰ ਤੋਂ ਕਲਾਸਿਸ ਲੈਂਦੇ ਹੋ G2 ਸਿੱਖਣ ਦੇ ਲਈ, ਕਾਰ ਸਿੱਖਣ ਦੇ ਲਈ, ਦੈਨ ਉਹ ਤੁਹਾਨੂੰ ਇੱਕ ਸਰਟੀਫਿਕੇਟ ਬਣਾ ਕੇ ਦਿੰਦਾ ਹੈ, ਜੋ ਸਰਟੀਫਿਕੇਟ ਆਪਾਂ ਯੂਜ ਕਰਕੇ ਆਪਾਂ 8 ਮਹੀਨਿਆਂ ਬਾਅਦ G2 ਦਾ ਟੈਸਟ ਦੇ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਨੂੰ G ਦੇਣ ਦੇ ਲਈ 1 ਸਾਲ ਦੀ ਹੋਰ ਵੇਟ ਕਰਨੀ ਪੈਂਦੀ ਹੈ, ਅਤੇ ਆਪਾਂ 1 ਸਾਲ ਬਾਅਦ G ਦੇ ਸਕਦੇ ਹਾਂ। ਹੁਣ ਆਪਾਂ ਡਿਵਾਈਡ ਕਰਦੇ ਹਾਂ ADAT ਦੇ ਲਾਇਸੈਂਸ ਨੂੰ। ਸਭ ਤੋਂ ਪਹਿਲਾਂ ਆਪਾਂ ਨੂੰ ਮੈਡੀਕਲ ਦੇਣਾ ਪੈਂਦਾ, ਮੈਡੀਕਲ ਦੀ ਕਾਸਟ ਹੁੰਦੀ ਹੈ $50। ਉਹਦੀ ਅਪੁਆਇੰਟਮੈਂਟ ਜੇ ਤੁਸੀਂ ਟੋਰਾਂਟੋ ਦੇ ਵਿੱਚ ਹੋ ਤਾਂ ਜਲਦੀ ਹੀ ਮਿਲ ਜਾਂਦੀ ਹੈ, ਸੇਮ ਡੇ ਵੀ ਮਿਲ ਜਾਂਦੀ ਹੈ ਉੱਥੇ। ਅਤੇ ਮੈਡੀਕਲ ਕਲੀਅਰ ਹੋਣ ਤੋਂ ਬਾਅਦ ਫਿਰ ਆਪ 2 ਚੀਜ਼ਾਂ ਹੁੰਦੀਆਂ, ਆਪਾਂ ਜੋ ਮਰਜ਼ੀ ਚੂਜ਼ ਕਰ ਸਕਦੇ ਹਾਂ। ਚਾਹੇ ਤੁਸੀਂ ਪਹਿਲਾਂ ਏਅਰ ਬ੍ਰੇਕ ਦਾ ਟੈਸਟ ਕਲੀਅਰ ਕਰਨਾ ਚਾਹੁੰਦੇ ਹੋ, ਏਅਰ ਬ੍ਰੇਕ ਕਰ ਸਕਦੇ ਹੋ। ਜੇ ਤੁਸੀਂ ਰਿਟਨ ਏ ਦੇਣਾ ਚਾਹੁੰਦੇ ਹੋ, ਤੁਸੀਂ ਉਹ ਵੀ ਦੇ ਸਕਦੇ ਹੋ। ਏਅਰ ਬ੍ਰੇਕ ਦੀ ਕਾਸਟ ਹੁੰਦੀ ਹੈ $250, ਜਿਹਦੇ ਵਿੱਚ 2 ਕਲਾਸਾਂ ਹੁੰਦੀਆਂ, ਮੋਸਟ ਆਫ ਦਾ ਟਾਈਮ ਸੋ ਵੀਕਐਂਡ 'ਤੇ ਹੁੰਦੀਆਂ ਨੇ। ਜਦ ਤੁਸੀਂ ਏਅਰ ਬ੍ਰੇਕ ਦਾ ਟੈਸਟ ਕਲੀਅਰ ਕਰ ਲੈਂਦੇ ਹੋ, ਤੁਸੀਂ ਏ ਦਾ ਟੈਸਟ ਦਿੰਦੇ ਹੋ ਰਿਟਨ, ਉਹਦਾ ਵੀ ਸੇਮ ਪ੍ਰੋਸੈਸ ਹੁੰਦਾ, ਨੌਲੇਜ ਟੈਸਟ ਹੁੰਦਾ, ਉਹ 'ਚ ਵੀ 16 ਕਲੀਅਰ ਕਰਨੇ ਹੁੰਦੇ ਆ। ਜਦ ਤੁਸੀਂ ਮੈਡੀਕਲ ਏ ਦਾ ਰਿਟਨ ਟੈਸਟ ਅਤੇ ਤੁਸੀਂ ਏਅਰ ਬ੍ਰੇਕਸ ਲੈ ਲੈਂਦੇ ਹੋ, ਫਿਰ ਅੱਗੇ ਵਾਰੀ ਆ ਜਾਂਦੀ ਹੈ ਸਕੂਲ ਦੀ। ਆਪਾਂ ਕੋਈ ਸਕੂਲ ਚੂਜ਼ ਕਰਨਾ ਹੁੰਦਾ ਇੱਥੇ, ਜੋ ਆਪਾਂ ਨੂੰ ਮੈਲਟ ਪ੍ਰੋਗਰਾਮ ਸਿਖਾਉਂਦਾ, ਅਤੇ ਆ ਮੈਲਟ ਪ੍ਰੋਗਰਾਮ ਦੀ ਫੁੱਲ ਫਾਰਮ ਹੈਗੀ ਆ ਮੰਡੇਟਰੀ ਐਂਟਰੀ ਲੈਵਲ ਟ੍ਰੇਨਿੰਗ। ਅਤੇ ਆਪਾਂ ਨੂੰ ਉਹਦੇ ਵਿੱਚ ਇੰਸਪੈਕਸ਼ਨ, ਟਰੱਕ ਡਰਾਈਵਿੰਗ ਅਤੇ ਈ ਲੌਗਸ ਦੇ ਬਾਰੇ ਦੱਸਿਆ ਜਾਂਦਾ, ਅਤੇ ਟਰੱਕ ਦੀ ਸੇਫਟੀ ਬਾਰੇ। ਇਹ ਸਭ ਦੀ ਕਾਸਟ ਹੁੰਦੀ ਆ $4,500 to $5,000। ਅਤੇ ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਆ ਰਹੇ ਹੋ ਤਾਂ ਸਕੂਲ ਬਹੁਤ ਜਾ ਰਿਹਾ, ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਗੂਗਲ 'ਤੇ। ਹੁਣ ਆਪਾਂ ਗੱਲ ਕਰਦੇ ਹਾਂ ਟਾਈਮ ਦੀ, ਕਿ ਕਿੰਨਾ ਟਾਈਮ ਲੱਗ ਜਾਂਦਾ ਇਹ ਸਭ ਪ੍ਰੋਸੈਸ। ਜੇ ਤੁਹਾਡੇ ਕੋਲ ਇੰਡੀਅਨ ਲਾਇਸੈਂਸ ਹੈ, ਦੈਨ ਤੁਸੀਂ ਟਰੱਕ ਦਾ ਲਾਇਸੈਂਸ 7 ਮਹੀਨਿਆਂ ਦੇ ਵਿੱਚ ਕੰਪਲੀਟ ਕਰ ਸਕਦੇ ਹੋ, 7 to 8 ਮਹੀਨਿਆਂ ਦੇ ਵਿੱਚ। ਪਹਿਲਾਂ G1, ਦੈਨ ਸਿੱਧਾ G। ਜੇ ਤੁਸੀਂ G ਕਲੀਅਰ ਕਰ ਲੈਂਦੇ ਹੋ, ਤੁਸੀਂ ਟਰੱਕ ਦਾ ਦੇ ਸਕਦੇ ਹੋ, 6-7 ਮਹੀਨੇ 'ਚ ਕਲੀਅਰ ਹੋ ਸਕਦਾ। ਬਟ ਜੇ ਤੁਹਾਡੇ ਕੋਲ ਇੰਡੀਅਨ ਐਕਸਪੀਰੀਅੰਸ ਨਹੀਂ ਹੈ, ਦੈਨ ਤੁਹਾਨੂੰ 2 ਸਾਲ ਔਰ 2 ਸਾਲ ਪਲੱਸ ਲੱਗ ਸਕਦੇ। ਜੇ ਇਹ ਵੀਡੀਓ ਤੁਹਾਡੇ ਕੰਮ ਆਈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਜਿਹਨੂੰ ਇਸ ਚੀਜ਼ ਦੀ ਜ਼ਰੂਰਤ ਆ ਉਹਦੇ ਕੋਲ ਜ਼ਰੂਰ ਸ਼ੇਅਰ ਕਰਿਓ।